ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੂਰਨ ਤੌਰ ਤੇ ਲਾਕਡਾਊਨ ਲਗਾਇਆ ਗਿਆ ਹੈ, ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਪੰਜਾਬ ਭਰ ਦੇ ਨਾਲ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਲਾਕਡਾਊਨ ਲੱਗਾ ਹੁੰਦਾ ਹੈ। ਲੇਕਿਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਾਕਡਾਊਨ ਹੋਣ ਦੇ ਬਾਵਜੂਦ ਵੀ ਦੇਰ ਰਾਤ ਤੱਕ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਨੇ, ਜਿਨ੍ਹਾਂ ਦਾ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਿਰੋਧ ਹੁੰਦਾ ਆਇਆ ਹੈ, ਪਰੰਤੂ ਪੁਲਿਸ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹਾਥੀ ਗੇਟ ਹਕੀਮਾਂ ਦੇ ਨਜ਼ਦੀਕ ਪੈਂਦੇ ਭਗਤਾਂ ਵਾਲਾ ਠੇਕੇ ਦਾ, ਜਿੱਥੇ ਕਿ ਇਹ ਠੇਕਾ ਦੇਰ ਰਾਤ ਤੱਕ ਖੁੱਲ੍ਹਾ ਰਹਿੰਦਾ ਹੈ। ਲੇਕਿਨ ਜਿਵੇਂ ਹੀ ਇਸ ਠੇਕੇ ਦੀ ਖੁੱਲ੍ਹੇ ਹੋਣ ਦੀ ਜਾਣਕਾਰੀ ਮੀਡੀਆ ਨੂੰ ਪਤਾ ਲੱਗੀ ਤਾਂ ਪੂਰਾ ਮੀਡੀਆ ਠੇਕੇ 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਆ ਗਈ। ਪਰ ਪੁਲਿਸ ਵਾਲਿਆਂ ਨੇ ਠੇਕੇ ਦੇ ਇੱਕ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਅਹਾਤੇ ਵਿੱਚ ਬੈਠੇ 6 ਤੋਂ 7 ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਇਸ ਬਾਬਤ ਜਦੋਂ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਪੁਲਿਸ ਅਧਿਕਾਰੀਆਂ ਨੇ ਟਾਲਮ ਟੋਲ ਕਰਦਿਆਂ ਇਹ ਕਹਿ ਕੇ ਸਾਰ ਦਿੱਤਾ ਕਿ ਇਹ ਇਲਾਕਾ ਉਹਨਾਂ ਦਾ ਇਲਾਕਾ ਨਹੀਂ ਹੈ। ਮੇਰਾ ਨਾਕਾ ਗੇਟ ਖਿਮੇ ਦੇ ਬਾਹਰ ਆ ਜੀ, ਮੇਰਾ ਠੇਕਾ ਬੰਦ ਆ ਅਤੇ ਪਬਲਿਕ ਦੀ ਵਿਹਲੀ ਸਰ ਰਸਤੇ ਬੰਦ ਕੀਤੇ ਆ ਜੀ, ਉਹਦੇ ਬਾਰੇ ਮੈਨੂੰ ਕੱਖ ਨਹੀਂ ਪਤਾ ਜੀ। ਨਹੀਂ, ਮੇਰੇ ਐਸ ਐਚ ਓ ਸਾਹਿਬ ਆ ਗਏ ਆ, ਇਹ ਸਵਾਲ ਤੁਸੀਂ ਨਾਲ ਕਰੋ ਜੀ। ਮੇਰਾ ਨਾਕਾ ਤੁਸੀਂ ਚੈੱਕ ਕਰ ਸਕਦੇ, ਠੇਕਾ ਮੇਰਾ ਬੰਦ ਆ ਜੀ। ਜਿਹੋ ਜਿਹੇ ਹਾਲਾਤ ਹੋਣਗੇ ਉਹੀ ਕਾਰਵਾਈ ਕੀਤੀ ਜਾਏਗੀ ਜੀ। ਇਹੋ ਗੱਲ ਮੈਂ ਆਪਣੇ ਐਸ ਐਚ ਓ ਸਾਹਿਬ ਨੋਟ 'ਚ ਲਿਆਉਂਦਾ ਵਾ ਜੀ, ਜਿੱਥੋਂ ਉਹਦੇ ਬੰਦੇ ਸ਼ਰਾਬ ਪੀ ਰਹੇ ਨੇ ਉਹ ਇਲਾਕਾ ਸੀਜ਼ ਪੈਂਦਾ ਵਾ ਜੀ, ਹਰਨੇਕ ਸਿੰਘ ਸੀ, ਇਸ ਦੂਜੇ ਸੀਗੇ, ਉਹ ਸਾਰੇ ਬੰਦੇ ਉਹਨਾਂ ਨੂੰ ਦਿੱਤੇ ਸੀਗੇ ਜੀ। ਨਾਕਾ ਤੁਹਾਡਾ ਲੱਗਾ ਸੀ ਨਾ ਉੱਥੇ, ਤੁਸੀਂ ਡਿਊਟੀ ਅਫਸਰ ਸੀ ਨਾ? ਹਾਂ ਬਿਲਕੁਲ ਜੀ, ਅਸੀਂ ਹਵਾਲੇ ਇਸੇ ਹਰਨੇਕ ਸਿੰਘ ਦੇ ਕਰਤੇ ਸੀਗੇ ਜੀ। ਬਿਲਕੁਲ, ਜੇ ਕੋਈ ਇਹਨਾਂ ਨੇ ਗੁਨਾਹ ਕੀਤਾ ਆਪਣੇ ਸਸੂ ਨੋਟ 'ਚ ਲਿਆ ਕੇ ਉਹ ਪਰਚਾ ਹੋਏਗਾ, ਜੋ ਹੋਈ ਕਾਰਵਾਈ ਹੋਏਗੀ ਜੀ। ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣੇ ਦੇ SHO ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਵੀ ਇਹੀ ਰਟਿਆ ਰਟਾਇਆ ਜਵਾਬ ਦਿੱਤਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਸਰ ਉੱਪਰ ਹਾਕਾ ਵੀ ਗਿਆ ਸੀ, ਉੱਥੇ ਬੰਦੇ ਬੈਠੇ ਸੀ, ਉਹ ਵੀ ਨਹੀਂ ਲੈ ਕੇ ਆਏ। ਉਹਨਾਂ ਨੂੰ ਕਿਹਾ ਸੀ ਹਰਜੀਤ ਸਰ ਨੇ ਵੀ ਉੱਪਰ ਬੰਦੇ ਬੈਠੇ ਹੋਏ ਆ, ਉਹਨਾਂ ਨੂੰ ਤੁਸੀਂ ਕਹੋ, ਕਹਿੰਦੇ ਵੀ ਘਰ ਹੈਗਾ। ਜਦੋਂ ਆਪਾਂ ਕਹਿ ਰਹੇ ਵੀ ਸਾਡੇ ਕੋਲ ਵੀਡੀਓ ਸ਼ੋਰ 'ਚ ਵੀ ਹੈਗਾ ਵੀ 8 ਤੋਂ 9 ਬੰਦੇ ਆਏ ਇੱਥੇ ਭਗਤਾਂ ਵਾਲੇ ਠੇਕੇ, ਚੈੱਕ ਕਰ ਲੈਂਦੇ ਜਿੱਥੇ ਕਰਦੇ।